ਪਹਿਲਾਂ ਪੇਟ ਪੂਜਾ ਤੇ ਫਿਰ ਕੋਈ ਕੰਮ ਦੂਜਾ, ਉਸ ਚੀਜ਼ ਨੂੰ ਲੈ ਕੇ ਜੀ ਮੈਂ ਵੀ ਆਪਣੀ ਪੇਟ ਪੂਜਾ ਕਰਨ ਦੇ ਲਈ ਪਹੁੰਚ ਚੁੱਕਿਆ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ ਸ਼ਰਮਨ ਜੈਨ ਸਵੀਟ ਸੀ, ਜਿਨ੍ਹਾਂ ਵੱਲੋਂ ਜੀ ਖਿੱਚੀ ਹਾਰ ਰੈਸਟੋਰੈਂਟ ਤੇ ਹੋਰ ਵੀ ਬਹੁਤ ਕੁਛ ਪ੍ਰੋਵਾਈਡ ਕਰਵਾਇਆ ਜਾ ਰਿਹਾ। ਬਟ ਸਭ ਤੋਂ ਪਹਿਲਾਂ ਤਾਂ ਮੈਂ ਇੱਥੋਂ ਦਾ ਖਾਣਾ ਟੇਸਟ ਕਰੂੰਗੀ, ਸਫਾਈ ਕਿੰਨੀ ਕੁ, ਆਓ ਅੰਦਰ ਚੱਲ ਕੇ ਦੇਖਦੇ ਹਾਂ। ਜਿਹੜਾ ਫੂਡ ਹੈ ਜੀ ਟੇਬਲ ਤੱਕ ਦਾ ਡੈਕੋਰੇਟ ਹੋ ਕੇ ਪਹੁੰਚ ਜਾਂਦਾ ਤੇ ਅਸੀਂ ਟੇਸਟ ਕਰਦੇ ਹਾਂ, ਬਹੁਤ ਹੀ ਜ਼ਿਆਦਾ ਸਵਾਦਿਸ਼ਟ, ਇਹ ਵੀ ਕਹਿ ਦਿੰਦੇ ਹਾਂ। ਬਟ ਕਦੇ ਲਾਈਵ ਕਿਚਨ ਦੇਖੀਏ ਕਿ ਫੂਡ ਕਿਵੇਂ ਪ੍ਰਿਪੇਅਰ ਹੁੰਦਾ ਹੈ ਅਤੇ ਕਿਵੇਂ ਬਣਦਾ ਹੈ, ਕਿੰਨੀ ਕੁ ਕਮੀ ਪੇਸ਼ੀ ਰੱਖੀ ਜਾਂਦੀ ਅਤੇ ਕਿੰਨੀ ਕੁ ਸਾਫ਼ ਸਫਾਈ ਰੱਖੀ ਜਾਂਦੀ ਹੈ, ਇਸ ਚੀਜ਼ ਨੂੰ ਲੈ ਕੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਲਾਈਵ ਕਿਚਨ ਸ਼ਰਮਨ ਜੈਨ ਸਵੀਟ ਸਾਨੂੰ ਪ੍ਰੋਵਾਈਡ ਕਰਵਾਈ ਗਈ ਹੈ, ਜਿੱਥੇ ਤੁਸੀਂ ਫਾਸਟ ਫੂਡ ਦੇ ਨਾਲ ਹੀ ਇੰਡੀਅਨ ਖਾਣਾ ਦੇ ਨਾਲ ਦੀ ਨਾਲ ਹੋਰ ਵੀ ਬਹੁਤ ਕੁਛ ਟਰਾਈ ਕਰ ਸਕਦੇ ਹੋ। ਮੇਰੇ ਤਾਂ ਮੂੰਹ 'ਚ ਆ ਰਿਹਾ ਪਾਣੀ, ਤੁਸੀਂ ਮਾਰੋ ਇੱਕ ਨਜ਼ਰ ਇਹਨਾਂ ਦੀਆਂ ਚੀਜ਼ਾਂ 'ਤੇ। ਜ਼ਿਆਦਾ ਦਿੱਕਤ ਸਾਨੂੰ ਆਉਂਦੀ ਹੈ ਕਿ ਜਦੋਂ ਅਸੀਂ ਕਿਸੇ ਸਵੀਟ ਸ਼ਾਪ 'ਤੇ ਜਾਂਦੇ ਹਾਂ ਉੱਥੇ ਸਵੀਟਸ ਹੀ ਸਾਨੂੰ ਅਵੇਲੇਬਲ ਕਰਵਾਈਆਂ ਜਾਂਦੀਆਂ ਨੇ। ਇੱਥੇ ਤੁਹਾਨੂੰ ਅਪਰੋਕਸੀਮੇਟਲੀ 50-80 ਹੈ ਜਿਹੜੇ ਕਿ ਸਵੀਟਸ ਇੰਟਰਡਿਊਸ ਕਰਵਾਏ ਗਏ ਨੇ। ਅਪਾਰਟ ਫਰੋਮ ਦੀ ਸਵੀਟਸ ਤੁਸੀਂ ਇੱਥੇ ਜੀ ਇਵਨਿੰਗ ਸਨੈਕਸ ਤੱਕ ਕਲੈਕਟ ਕਰ ਸਕਦੇ ਹੋ, ਈਵਨ ਕਿ ਹੋਰ ਵੀ ਬਹੁਤ ਕੁਛ ਲੈ ਸਕਦੇ ਹੋ, ਜਿਵੇਂ ਬੱਚਿਆਂ ਦਾ ਕੋਈ ਸਮਾਨ ਲੈ ਕੇ ਜਾਣਾ ਹੈ ਜਾਂ ਤੁਸੀਂ ਡਾਇਟ ਕੌਨਸ਼ੀਅਸ ਹੋ, ਡਾਇਟ ਨਮਕੀਨ ਚਾਹੀਦਾ ਹੈ ਜਾਂ ਡਾਇਟ ਨੀਨ ਨੂੰ ਲੈ ਕੇ ਤੁਹਾਨੂੰ ਸਵੀਟਸ ਚਾਹੀਦੀ, ਹਰੇਕ ਚੀਜ਼ ਸਾਨੂੰ ਇੱਥੇ ਅਵੇਲੇਬਲ ਕਰਵਾਈ ਗਈ ਹੈ, ਉਹ ਵੀ ਬਹੁਤ ਹੀ ਅਫੋਰਡੇਬਲ ਰੇਟਸ 'ਤੇ। ਜੇਕਰ ਮੈਂ ਇਨਫਰਾਸਟ੍ਰਕਚਰ ਦੀ ਗੱਲ ਕਰਾਂ ਤਾਂ ਬਹੁਤ ਹੀ ਵਧੀਆ ਬਿਲਡਿੰਗ ਦੇ ਵਿੱਚ ਇਹਨਾਂ ਨੇ ਜਿੱਥੇ ਤੁਹਾਨੂੰ ਇੱਕ ਖੂਬਸੂਰਤ ਰੈਸਟੋਰੈਂਟ ਪ੍ਰੋਵਾਈਡ ਕਰਵਾਇਆ ਗਿਆ, ਜਿੱਥੇ ਤੁਸੀਂ ਜੇਕਰ ਦਹੀਂ ਭੱਲੇ, ਟਿੱਕੀ ਜਾਂ ਫਿਰ ਪਾਪੜੀ ਇੱਦਾਂ ਦਾ ਕੁਛ ਟੇਸਟ ਕਰਨਾ ਹੈ, ਇਹ ਏਰੀਆ ਉਸ ਦੇ ਲਈ ਹੈ। ਬਟ ਜੇਕਰ ਤੁਸੀਂ ਬ੍ਰੇਕਫਾਸਟ, ਲੰਚ ਜਾਂ ਡਿਨਰ ਟਰਾਈ ਕਰਨਾ, ਫਿਰ ਤੁਸੀਂ ਮੇਰੇ ਨਾਲ ਅੰਦਰ ਚੱਲ ਸਕਦੇ ਹੋ। ਪਰ ਇਸ ਤੋਂ ਪਹਿਲਾਂ ਇੱਕ ਗੱਲ ਮੈਂ ਹੋਰ ਸ਼ੇਅਰ ਕਰਨੀ ਚਾਹਾਂਗੀ ਕਿ 3 ਹਾਲਸ ਇਹਨਾਂ ਨੇ ਇੰਟਰੋਡਿਊਸ ਕਰਵਾਏ ਨੇ। 50-80 ਬੰਦਿਆਂ ਦੀ ਗੈਦਰਿੰਗ ਕਰਨੀ ਹੋਵੇ ਫਿਰ ਤੁਸੀਂ ਜੀ ਕਿਟੀ ਹਾਲ ਅਤੇ ਬਡੇ ਹਾਲ ਲੈ ਸਕਦੇ ਹੋ। ਬਟ ਜੇਕਰ ਆਪਣੀ ਓਕੇਸ਼ਨ ਦੇ ਵਿੱਚ ਗੈਦਰਿੰਗ ਨੂੰ ਥੋੜ੍ਹਾ ਹੋਰ ਇਨਕਰੀਜ਼ ਕਰਨਾ ਹੋਵੇ, ਵਧਾਉਣਾ ਹੋਵੇ, ਯਾਨੀ ਕਿ 200 ਬੰਦਿਆਂ ਤੱਕ ਦੀ ਕਪੈਸਿਟੀ ਦੇ ਲਈ ਇਹਨਾਂ ਕੋਲ ਬੈਂਕਟ ਹਾਲ ਹੈ, ਅਤੇ ਹਾਂ ਟੇਸਟ ਅਤੇ ਕੈਟਰਿੰਗ ਇਹਨਾਂ ਦੀ ਸੇਮ ਹੀ ਹੈ। ਅਮੇਜ਼ਿੰਗ ਟੇਸਟ, ਸੱਚੀ ਬਹੁਤ ਹੀ ਜ਼ਿਆਦਾ ਸਪੈਸ਼ਲ ਹੈ। ਮੈਨੂੰ ਲੱਗਦਾ ਮੈਂ ਇੱਦਾਂ ਟੇਸਟ ਕਿਤੇ ਦੇਖਿਆ ਹੋਣਾ ਚੀਜ਼ ਕੌਣ ਰੋਲ ਦਾ, ਪਨੀਰ ਇੱਦਾਂ ਦਾ ਕਿ ਮੂੰਹ 'ਚ ਅੰਦਰ ਜਾਂਦੇ ਹੀ ਘੁਲਦਾ ਗੀ। ਹਰੇਕ ਚੀਜ਼ ਬਹੁਤ ਹੀ ਜ਼ਿਆਦਾ ਵੈਲ ਮੇਨਟੇਨ ਕੀਤੀ ਹੋਈ ਹੈ। ਖਾਸੀਅਤ ਇਹ ਹੈ ਕਿ ਇਹਨਾਂ ਨੇ ਸਫਾਈ ਦਾ ਬਹੁਤ ਜ਼ਿਆਦਾ ਖਾਸ ਧਿਆਨ ਰੱਖਿਆ। ਮੈਨੂੰ ਲੱਗਦਾ ਤਾਂ ਹੀ ਨਿਹਾਲ ਸਿੰਘ ਵਾਲਾ ਦੇ ਲੋਕ ਹੈ ਜ਼ਿਆਦਾ ਅਟਰੈਕਟ ਹੁੰਦੇ ਨੇ ਇਹਨਾਂ ਵੱਲ, ਅਤੇ ਹਰੇਕ ਪ੍ਰਪੇਸ਼ਨ ਦੇਸੀ ਘਿਓ ਦੇ ਨਾਲ ਬਣਾਈ ਗਈ ਹੈ। ਜੇ ਬੈਂਕਿੰਗ ਹਾਲ ਦੇ ਵਿੱਚ ਮੈਂ ਐਂਟਰੀ ਤਾਂ ਕਰ ਗਈ, ਬਟ ਇੱਥੇ ਬਹੁਤ ਹੀ ਖੂਬਸੂਰਤ ਜਿਹਾ ਇੱਕ ਫੰਕਸ਼ਨ ਚੱਲ ਰਿਹਾ, ਅਤੇ ਮੈਨੂੰ ਲੱਗਦਾ 250 ਦੀ ਕਪੈਸਿਟੀ ਤਾਂ ਹੋਈ ਹੋਣੀ ਹੈ। ਇਸ ਦੇ ਵਿੱਚ ਮਿਊਜ਼ਿਕ ਸਿਸਟਮ ਇੰਟਰਡਿਊਸ ਕਰਵਾਇਆ ਗਿਆ ਸਾਊਂਡ ਟਰੈਕ ਦੇ ਨਾਲ ਜੀ, ਬਹੁਤ ਹੀ ਵਧੀਆ ਕੈਟਰਿੰਗ ਸਿਸਟਮ ਜਿਸ ਦੇ ਵਿੱਚ ਤੁਸੀਂ ਟੇਸਟੀ ਖਾਣਾ ਜਿਹੜਾ ਕਿ ਇੰਜੋਏ ਕਰ ਸਕਦੇ ਹੋ। ਹਾਵ ਅ ਲੁੱਕ। ਲੋ ਜੀ, ਰੈਸਟੋਰੈਂਟ ਵਿੱਚ ਡਿਲੀਸ਼ੀਅਸ ਦਾ ਖਾਣਾ ਟੇਸਟ ਕਰਨ ਤੋਂ ਬਾਅਦ ਜੀ ਮੈਥੋਂ ਤਾਂ ਰਿਹਾ ਨਹੀਂ ਗਿਆ, ਇੱਥੋਂ ਦੇ ਮੈਨੇਜਮੈਂਟ ਟੀਮ ਦੇ ਨਾਲ ਜੀ ਮੈਂ ਜੁੜਨ ਲੱਗੀ ਹਾਂ। ਰਿਪਨ ਜੈਨ ਜੀ ਮੇਰੇ ਨਾਲ ਗੱਲਬਾਤ ਕਰਦੇ ਹਾਂ ਜੀ, ਉਹਨਾਂ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ। ਸਭ ਤੋਂ ਪਹਿਲਾਂ ਸਰ ਮੈਨੂੰ ਇਹ ਦੱਸੋ ਕਿ ਸ਼ਰਮਨ ਜੈਨ ਸਵੀਟ ਕਦੋਂ ਤੋਂ ਆਪਣੀਆਂ ਸਰਵਿਸਿਜ਼ ਦੇ ਰਿਹਾ? ਮੈਮ ਸ਼ਰਮਨ ਜੈਨ 7 August 1993 ਨੂੰ ਚਾਲੂ ਕੀਤਾ ਸੀ। ਠੀਕ ਹੈ ਸਰ, ਮੈਂ ਸਟਾਫ ਦੀ ਗੱਲ ਕਰਾਂ, ਕਿੰਨੇ ਸਟਾਫ ਮੈਂਬਰ ਆ ਜਿਹੜੇ ਕਿ ਸ਼ਰਮਨ ਜੈਨ ਸਵੀਟਸ ਦੇ ਕੋਲ ਕੰਮ ਕਰ ਰਹੇ? ਤਕਰੀਬਨ ਮੈਮ 50 ਦੇ ਕਰੀਬ। ਤਾਂ ਹੀ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਿਆ ਹੋਇਆ ਤੁਸੀਂ ਸਰ। ਇਸ ਤੋਂ ਇਲਾਵਾ ਹਟ ਕੇ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹਰੇਕ ਚੀਜ਼ ਦਾ, ਸ਼ੈਫ ਕਿੱਦਾਂ ਇੰਟਰੋਡਿਊਸ ਕਰਵਾਉਣ, ਕਿਹੜੀ ਕਿਹੜੀ ਜਗ੍ਹਾ ਤੋਂ? ਸ਼ੈਫ ਮੈਂ ਤਕਰੀਬਨ ਨੇਪਾਲ ਦੇ, ਉੱਤਰਾਖੰਡ ਦੇ, ਇਸ ਤਰ੍ਹਾਂ ਦੇ ਇਹਨਾਂ ਦੇ ਕੋਰਸ ਕੀਤੇ ਹੋਏ 5-5 ਸਾਲ ਦੇ, ਉਹ ਸਾਡੇ ਕੋਲ ਸ਼ੈਫ ਅਲੱਗ ਅਲੱਗ ਤਰ੍ਹਾਂ ਦੇ ਹੈ, ਜਿਸ ਤਰ੍ਹਾਂ ਚਾਈਨੀਜ਼ ਦਾ ਹੋ ਗਿਆ, ਮੇਨ ਕੋਰਸ ਦਾ ਹੋ ਗਿਆ, ਸਟੱਫ ਦਾ ਹੋ ਗਿਆ, ਅਲੱਗ ਅਲੱਗ ਸਵੀਟਸ ਦਾ ਹੋ ਗਿਆ, ਇਸ ਤਰ੍ਹਾਂ ਅਲੱਗ ਅਲੱਗ ਹੈ। ਜੇ ਤਾਂ ਛੋਟੀ ਜਿਹੀ ਗੱਲਬਾਤ ਕੀਤੀ ਮੈਂ ਰਿਪਨ ਜੈਨ ਜੀ ਦੇ ਨਾਲ, ਮੇਰੇ ਹਰੇਕ ਕੁਐਸਚਨ ਦਾ ਆਨਸਰ ਉਹਨਾਂ ਨੇ ਦਿੱਤਾ ਕਿ ਬਿਹਤਰੀਨ ਸ਼ੈਫ ਦੀ ਟੀਮ, ਬਿਹਤਰੀਨ ਸਟਾਫ ਦੀ ਟੀਮ ਇਹਨਾਂ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇੱਥੇ ਵਿਜ਼ਿਟ ਵੀ ਕਰ ਸਕਦੇ ਹੋ, ਅਤੇ ਆਪਣੇ ਮੈਮਰੀਜ਼ ਨੂੰ ਹੋਰ ਮਿੱਠਾ ਕਰਨ ਦੇ ਲਈ ਇੱਥੋਂ ਦੀ ਸਵੀਟ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾ ਸਕਦੇ ਹੋ, ਇਹਨਾਂ ਦੇ ਬੈਂਕੁਇਟ ਯੂਜ਼ ਕਰ ਸਕਦੇ ਹੋ ਜੇ ਹਰੇਕ ਮੂਮੈਂਟ ਨੂੰ ਯਾਦਗਾਰੀ ਬਣਾਉਣ ਦੇ ਲਈ। ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ, ਵਿਜ਼ਿਟ ਵੀ ਕਰ ਸਕਦੇ ਹੋ।
ਬਟ ਜੇਕਰ ਤੁਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਰੱਖਿਆ ਹੈ ਅਤੇ ਇੱਥੋਂ ਦਾ ਹੀ ਖਾਣਾ ਤੁਸੀਂ ਇੱਥੋਂ ਦਾ ਹੀ ਸਵਾਦ ਆਪਣੇ ਘਰ ਦੇ ਵਿੱਚ ਚਾਹੁੰਦੇ ਹੋ ਤਾਂ ਇਹਨਾਂ ਵੱਲੋਂ ਤੁਹਾਨੂੰ ਸਪੈਸ਼ਲ ਕੇਟਰਿੰਗ ਸਿਸਟਮ ਵੀ ਪ੍ਰੋਵਾਈਡ ਕਰਵਾਇਆ ਗਿਆ।